ਭਗਤ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਦੇ ਵਿੱਚ। ਤਾਂ ਦੋਸਤੋ ਅੱਜ ਦੀ ਵੈਕੈਂਸੀ ਡਿਟੇਲ ਲੈ ਕੇ ਹਾਜ਼ਰ ਹਾਂ ਤੇ ਵੈਕੈਂਸੀ ਜਿਹੜੀ ਆਪਣੇ ਪੰਜਾਬ ਦੇ ਵਿੱਚ ਹੀ ਆਊਟ ਹੋਈ ਹੈ ਤੇ ਗੱਲ ਕਰੀ ਦੋਸਤੋ ਇਸ ਦੇ ਅਨਾਊਂਸ ਹੋਣ ਦੀ ਤਾਂ ਅੱਜ 17 ਤਰੀਕ ਨੂੰ ਦੋਸਤੋ ਇਹ ਸਵੇਰੇ ਅਨਾਊਂਸ ਹੋ ਗਈ ਸੀ ਤੇ ਇਸ ਤੋਂ ਬਾਅਦ ਦੋਸਤੋ ਅਪਲਾਈ ਕਰਨ ਦੀ ਗੱਲ ਕਰੀਏ ਤਾਂ ਤੁਸੀਂ ਆਪਣੇ ਫੋਰਮ 20 ਜਨਵਰੀ 2020 ਤੋਂ ਅਪਲਾਈ ਕਰ ਸਕਦੇ ਹੋ। ਕਲੋਜਿੰਗ ਡੇਟ ਦੋਸਤੋ ਰਹੇਗੀ 10 ਫਰਵਰੀ 2020 ਤੇ ਦੋਸਤੋ ਫੀਸ ਭਰਨ ਵਾਸਤੇ ਤੁਹਾਨੂੰ 2 ਦਿਨ ਵੱਧ ਦਿੱਤੇ ਗਏ ਆ। 12 ਤਰੀਕ ਤੱਕ ਤੁਸੀਂ ਆਪਣੀ ਫੀਸ ਭਰ ਸਕਦੇ ਹੋ ਤੇ ਵੈਕੈਂਸੀ ਅਨਾਊਂਸ ਕਰਨ ਵਾਲੇ ਡਿਪਾਰਟਮੈਂਟ ਦੀ ਜੇ ਗੱਲ ਕਰੀਏ ਤਾਂ ਇਹ ਅਨਾਊਂਸ ਕਰੀਏ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਫੂਡ ਸੇਫਟੀ ਅਫਸਰ ਦੀ ਦੋਸਤੋ ਪੋਸਟ ਹੈ ਤੇ ਸੈਲਰੀ ਇੱਥੋਂ ਦੇਖ ਲਓ ਸਟਾਰਟਿੰਗ ਸੈਲਰੀ 10,300 ਰੁਪਈਆ ਹੀ ਰਹੇਗੀ ਤੇ ਉਸ ਤੋਂ ਬਾਅਦ ਇਨਕਰੀਜ ਹੋ ਕੇ 34,800 ਰੁਪਈਆ ਤੱਕ ਚਲ ਜਾਏਗੀ। ਇੱਥੇ ਦੋਸਤੋ ਵੈਕੈਂਸੀਆਂ ਦੀ ਗੱਲ ਕਰੀਏ 25 ਪੋਸਟਾਂ ਇਹਨਾਂ ਨੇ ਅਨਾਊਂਸ ਕਰੀਏ ਤੇ ਇਹ ਜੀ ਇਹਨਾਂ ਦਾ ਡਿਵਾਈਡੇਸ਼ਨ ਤੇ ਹੁਣ ਦੋਸਤੋ ਗੱਲ ਇਹਨਾਂ ਦੀ ਕੁਆਲੀਫਿਕੇਸ਼ਨ ਦੀ। ਤਾਂ ਦੋਸਤੋ ਕੁਆਲੀਫਿਕੇਸ਼ਨ ਜਿਹੜੀ ਹੈ 10th ਵਿੱਚ ਪੰਜਾਬੀ ਹੋਏ, ਇਹਨਾਂ ਵਿੱਚ ਕੋਈ ਇੱਕ ਡਿਪਲੋਮਾ ਤੁਸੀਂ ਕਰਿਆ ਹੋਏ, ਜੇ ਅਦਰ ਕੋਈ ਕੁਆਲੀਫਿਕੇਸ਼ਨ ਹੈ ਤਾਂ ਉਹ ਸੈਂਟਰ ਦੇ ਮਾਨਤਾ ਪ੍ਰਾਪਤ ਬੋਰਡ ਦੀ ਹੋਏ ਇਹਨਾਂ ਦੇ ਇਕੁਅਲ, ਠੀਕ ਹੈ। ਯਾਨੀ ਕਿ ਜਾਂ ਤਾਂ ਤੁਸੀਂ ਫੂਡ ਟੈਕਨੋਲੋਜੀ ਦਾ ਡਿਪਲੋਮਾ ਕਰਿਆ ਹੋਏ, ਡੇਅਰੀ ਟੈਕਨੋਲੋਜੀ ਦਾ ਕਰਿਆ ਹੋਏ, ਇਹਨਾਂ ਵਿੱਚ ਕੋਈ ਵੀ ਇੱਕ ਕਰਿਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਤੋਂ ਬਾਅਦ ਉਮਰ ਹੱਦ ਦੀ ਦੋਸਤੋ ਗੱਲ ਕਰੀਏ ਤਾਂ ਉਮਰ ਹੱਦ ਇਹਨਾਂ ਨੇ ਰੱਖੀ ਹੈ 18 ਤੋਂ 37 ਸਾਲ ਜਨਰਲ ਕੈਟੇਗਰੀ ਵਾਸਤੇ। ਬਾਕੀਆਂ ਦੋਸਤੋ ਇੱਥੇ ਰਾਖਵੀਂ ਜਿਹੜੀ ਕੈਟੇਗਰੀ ਹੋਏਗੀ ਸਾਰਿਆਂ ਨੂੰ ਛੂਟ ਮਿਲ ਜਾਏਗੀ, ਇੱਥੇ ਆਰਾਮ ਨਾਲ ਤੁਸੀਂ ਆਪਣੀ ਉਮਰ ਹੱਦ ਦੇਖ ਸਕਦੇ ਹੋ, ਠੀਕ ਹੈ। ਤਾਂ ਫੀਸ ਦੀ ਦੋਸਤੋ ਗੱਲ ਕਰੀ ਤਾਂ ਫੀਸ ਵੀ ਕਾਫੀ ਇਹਨਾਂ ਰੱਖੀ ਹੈ। ਆਮ ਵਰਗ ਯਾਨੀ ਕਿ ਜਨਰਲ ਕੈਟੇਗਰੀ ਵਾਸਤੇ 600 ਰੁਪਈਆ ਰੱਖੀ ਹੈ। ਬਾਕੀ ਸਾਰੀ ਕੈਟੇਗਰੀਆਂ ਦੋਸਤੋ ਇੱਥੋਂ ਫੀਸ ਡਿਟੇਲ ਤੁਸੀਂ ਦੇਖ ਲਓ ਤੇ ਆਫੀਸ਼ੀਅਲ ਸਾਈਟ ਤੇ ਜਾ ਕੇ ਤੁਸੀਂ ਆਪਣੀ ਫੋਰਮ ਅਪਲਾਈ ਕਰ ਸਕਦੇ ਹੋ ਜੇ ਇਲੀਜੀਬਲ ਹੋ। ਇਹ ਸੀ ਅੱਜ ਦੀ ਇਨਫੋਰਮੇਸ਼ਨ ਦੋਸਤੋ, ਮਿਲਾਂਗੇ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਰੱਬ ਰੱਖ।